ਧੱਕੇ ਨਾਲ ਸੰਸਕਾਰ ਕੀਤਾ। ਆਹ ਜੇ ਕੁੜੀ ਸਾਡੀ ਧੱਕੇ ਨਾਲ ਸੰਸਕਾਰ ਕੀਤਾ, ਨਣਾਉਣ ਵੇਲੇ ਬਾਜ਼ ਨਹੀਂ ਮਾਰੀ। ਮੈਂ ਬਕਾਇਦਾ ਗਈ ਹਾਂ ਮੋਹਰੇ, ਕੱਪੜੇ ਲਾਏ ਕੁੜੀ ਦੇ ਤਾਂ ਪੱਟ ਸਾਰਾ ਹੀ ਕੁੜੀ ਦਾ ਪੱਟ ਭਰਿਆ ਪਿਆ ਸੀ, ਉੱਪਰ ਲਿਖਿਆ ਸੀ ਮੇਰੀ ਮੌਤ ਦੀ ਜ਼ਿੰਮੇਵਾਰ ਪਰਵੀਨ, ਹੋਰ ਕੁਛ ਵੀ ਲਿਖਿਆ ਹੋਇਆ ਸੀਗਾ। ਪਰ ਉਹ ਮੇਰੇ ਤੋਂ ਪੜ੍ਹਿਆ ਨਹੀਂ ਗਿਆ ਤਾਂ ਸਾਨੂੰ ਪੜ੍ਹਨ ਦਿੱਤਾ ਨਹੀਂ, ਪਾਣੀ ਨਾਲ ਮਿਟਾ ਦਿੱਤਾ ਗਿਆ। ਅਤੇ ਹੁਣ ਮੈਂ ਸੂਤ ਕਰੂੰ, ਅਮਨੇ ਤੈਨੂੰ ਤੇਰੀ ਭਰਜਾਈ ਇਨਸਾਫ ਦਵਾ ਕੇ ਰਹੂਗੀ, ਦਵਾ ਕੇ ਰਹੂਗੀ। ਆਹ ਸਾਰੇ ਜਿੰਨੇ ਵੀ ਹੈਗੇ ਨਾ ਇਹ ਸਾਰੇ ਰਲੇ ਮਿਲ, ਆਹ ਪਹਿਲਾਂ ਤਾਂ ਸਾਡਾ ਬਾਪੂ ਆ, ਇਹਨੂੰ ਸਾਰਾ ਹੀ ਪਤਾ ਸੀ। ਫਿਰ ਜ਼ਿਆਦਾ ਕੰਮ ਵਧੂਗਾ, ਮੈਂ ਜਨਾਨੀ ਇੱਦਾਂ ਤਾਂ ਮੇਰੇ ਮੂੰਹ ਕੋਈ ਕੁਛ ਨਹੀਂ। ਅਰੇ ਚੱਲ ਫਾਇਦਾ ਤਾਂ ਹੈ ਨਹੀਂ। ਲੱਕੜਾਂ ਨੂੰ ਪਾਸੇ ਹਟਾ ਕੇ ਲੜਕੀ ਦੀ ਲਾਸ਼ ਨੂੰ ਬਾਹਰ ਕੱਢਿਆ ਗਿਆ, ਪੁਲਿਸ ਆਪਣੇ ਨਾਲ ਲੈ ਗਈ। ਦਰਅਸਲ ਪੇਕਿਆਂ ਦੇ ਵੱਲੋਂ ਸਹੁਰਿਆਂ ਤੇ ਵਿਆਹਤਾ ਦੇ ਕਤਲ ਦੇ ਇਲਜ਼ਾਮ ਲਗਾਏ ਗਏ ਨੇ, ਜਿਸ ਤੋਂ ਬਾਅਦ ਸਿਵਿਆਂ ਦੇ ਵਿੱਚ ਪੁਲਿਸ ਪਹੁੰਚ ਗਈ ਔਰ ਲੜਕੀ ਦੀ ਭਰਜਾਈ ਦੇ ਵੱਲੋਂ ਇਹ ਵੀਡੀਓ ਬਣਾਈ ਗਈ ਹੈ, ਜਿਸ ਦੇ ਵਿੱਚ ਉਸਨੇ ਖੁਲਾਸਾ ਕੀਤਾ ਕਿ ਲੜਕੀ ਦੇ ਗਲੇ ਤੇ ਨਿਸ਼ਾਨ ਨੇ ਔਰ ਉਸਦੇ ਸਰੀਰ ਤੇ ਪੈਨਸਲ ਦੇ ਨਾਲ ਕੁਝ ਲਿਖਿਆ ਹੋਇਆ ਸੀ ਜੋ ਨਹਾਉਣ ਦੇ ਸਮੇਂ ਮਿਟਾ ਦਿੱਤਾ ਗਿਆ। ਜਦੋਂ ਉਸਨੂੰ ਨਮਾਇਆ ਜਾ ਰਿਹਾ ਸੀ ਉਦੋਂ ਪੇਕਿਆਂ ਨੂੰ ਕੋਲੇ ਲੱਗਣ ਨਹੀਂ ਦਿੱਤਾ ਗਿਆ। ਤਾਂ ਦੱਸ ਦਈਏ ਕਿ ਭੇਤ ਭਰੇ ਹਾਲਾਤਾਂ ਦੇ ਵਿੱਚ ਵਿਆਹਤਾ ਦੀ ਮੌਤ ਹੋਈ, ਜਿਸ ਤੋਂ ਬਾਅਦ ਸਿਵਿਆਂ ਦੇ ਵਿੱਚ ਲਾਸ਼ ਨੂੰ ਲੈ ਕੇ ਗਏ, ਲੱਕੜਾਂ ਵੀ ਚਿਣ ਦਿੱਤੀਆਂ, ਪਰ ਪੇਕਿਆਂ ਦੇ ਵੱਲੋਂ ਖੁਲਾਸੇ ਕੀਤੇ ਗਏ, ਰੌਲਾ ਪਾਇਆ ਗਿਆ ਔਰ ਮੌਕੇ ਤੇ ਪੁਲਿਸ ਦੇ ਮੁਲਾਜ਼ਮ ਪਹੁੰਚੇ, ਜਿਨ੍ਹਾਂ ਨੇ ਲੱਕੜਾਂ ਨੂੰ ਪਿੱਛੇ ਹਟਾ ਕੇ ਵਿਆਹਤਾ ਦੀ ਲਾਸ਼ ਨੂੰ ਬਾਹਰ ਕੱਢਿਆ, ਹਸਪੀਟਲ ਦੇ ਵਿੱਚ ਪੋਸਟਮਾਰਟਮ ਦੇ ਲਈ ਰਖਵਾ ਦਿੱਤਾ। ਤਸਵੀਰਾਂ ਫਿਲੌਰ ਦੇ ਪਿੰਡ ਗੜਾਂ ਦੀਆਂ ਨੇ, ਜਿੱਥੇ ਇੱਕ ਭੇਤ ਭਰੇ ਹਾਲਾਤਾਂ ਦੇ ਵਿੱਚ ਵਿਆਹਤਾ ਦੀ ਮੌਤ ਹੋਈ। ਮ੍ਰਿਤਕ ਲੜਕੀ ਦੀ ਭਰਜਾਈ ਨੇ ਹੀ ਸਿਵਿਆਂ ਦੇ ਵਿੱਚ ਇਹ ਵੀਡੀਓ ਬਣਾਈ ਹੈ, ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਦੇ ਵਿੱਚ ਲੈ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਔਰ ਕੁਝ ਔਰਤਾਂ ਨੂੰ ਵੀ ਹਿਰਾਸਤ ਵਿੱਚ ਲਿਆ ਹੈ। ਤੇ ਉਹ ਮੇਰੀ ਨਣਾਨ ਸੀਗੇ ਤੇ ਸਾਨੂੰ ਇਹਨਾਂ ਨੇ ਫੋਨ ਕੀਤਾ ਕਿ ਕੁੜੀ ਨੂੰ ਅਟੈਕ ਹੋ ਗਿਆ। ਠੀਕ ਹੈ ਜੀ। ਕੁੜੀ ਨੂੰ ਅਟੈਕ ਹੋ ਗਿਆ ਤਾਂ ਜਦੋਂ ਅਸੀਂ ਆਏ ਹਾਂ ਤਾਂ ਕੁੜੀ ਆ ਕੋਲ ਅਸੀਂ ਆ ਕੇ ਮਤਲਬ ਆਪਣਾ ਰੋਣ ਲੱਗ ਪਏ ਹਾਂ, ਕੁੜੀ ਸਾਨੂੰ ਦੁੱਖ ਲੱਗਾ ਅਸੀਂ ਰੋਣ ਲੱਗ ਗਏ ਤੇ ਇਹਨਾਂ ਨੇ ਸਾਨੂੰ ਕੁੜੀ ਨੂੰ ਹੱਥ ਨਹੀਂ ਲਾਉਣ ਦਿੱਤਾ, ਕਹਿੰਦੇ ਪਰੇ ਹੋ ਜਾਓ ਪਰੇ ਹੋ ਜਾਓ। ਮੈਂ ਕਿਹਾ ਜੀ ਮੂੰਹ ਤੇ ਕੱਪੜਾ ਕਿਉਂ ਬੰਨੇ ਆ? ਕਹਿੰਦੇ ਜੀ ਅੰਦਰ ਦੀ ਹਵਾ ਜਾਂਦੀ ਆ, ਅਟੈਕ ਹੋ ਗਿਆ ਆ, ਇਸ ਕਰਕੇ ਅੰਦਰ ਦੀ ਹਵਾ ਜਾਂਦੀ ਆ, ਮੂੰਹ ਤੇ ਤਾਂ ਕੱਪੜਾ ਬੰਨਿਆ ਆ। ਜੀ ਜੀ। ਕੱਪੜਾ ਤਾਂ ਜੀ ਇਹਨਾਂ ਨੇ ਤਾਂ ਬੰਨਿਆ ਸੀ, ਇਹਨਾਂ ਨੇ ਗਲ ਘੁੱਟ ਕੇ ਮਾਰੀ ਆ। ਠੀਕ ਹੈ। ਹੁਣ ਜਦੋਂ ਆਪਾਂ ਸੰਸਕਾਰ ਕਰਨ ਚਲੇ ਗਏ, ਮੈਂ ਇਹਨਾਂ ਨੂੰ ਕਿਹਾ ਵੀ ਸੰਸਕਾਰ ਨਾ ਤੁਸੀਂ ਕਰਿਓ, ਵੀ ਸਾਨੂੰ ਵੀ ਪਤਾ ਲੱਗੇ ਗੱਲ ਕੀ ਸੀ ਤੇ ਕੁੜੀ ਦੀ ਪੱਟ ਤੇ ਬਕਾਇਦਾ ਜਦੋਂ ਨਵਾਉਣ ਲੱਗੇ ਸੀ ਕੁੜੀ ਦੀ ਪੱਟ ਤੇ ਬਕਾਇਦਾ ਲਿਖਿਆ ਹੋਇਆ ਸੀਗਾ ਕਾਲੇ ਅੱਖਰਾਂ ਦੇ ਨਾਲ ਪੈਨਸਲ ਨਾਲ, ਉਹ ਜਦੋਂ ਅਸੀਂ ਸਾਰਾ ਪੜ੍ਹ ਲਿਆ, ਉਦੋਂ ਬਾਅਦ ਜਦੋਂ ਅਸੀਂ ਪੜ੍ਹ ਪੁੜ ਲਿਆ ਤਾਂ ਇਹਨਾਂ ਦੀ ਜਿਹੜੀ ਮਾਸੀ ਸੱਸ ਸੀਗੇ ਮੇਰੀ ਨਣਾਨ ਦੇ, ਉਹਨਾਂ ਨੇ ਦਬਦਾ ਪਾਣੀ ਨਾਲ ਮਟੇਤਾ, ਕਹਿੰਦੀ ਪੁੱਤਰਾ ਸਾਡੀ ਲੱਜ ਰੱਖ ਲਾ, ਸਾਨੂੰ ਇੱਦਾਂ ਹੀ ਰਹਿਣ ਦੇ, ਤੂੰ ਰੋਲਾ ਨਾ ਪਾ, ਮੇਰਾ ਪੋਤੇ ਆ, ਤੂੰ ਮੇਰੀ ਧੀ ਆ ਜੀ, ਜੇ ਸਾਡੀ ਮੈਂ ਪੁੱਤ ਧੀ ਸੀ, ਜੇ ਸਾਡੀ ਕੁੜੀ ਦੀ ਕੋਈ ਗਲਤੀ ਸੀ ਸਾਨੂੰ ਦੱਸ ਦੇ, ਸਾਡੀ ਕੁੜੀ ਨਾ ਸੁਧਾਰ ਕਰਦੀ ਤਾਂ ਅਸੀਂ ਅੱਜ ਇੱਥੇ ਆਉਣਾ ਨਹੀਂ ਸੀ, ਗੱਲ ਖਤਮ ਹੋ ਜਾਂਦੀ। ਕਹਿਣਾ ਜਦੋਂ ਆਪਣਾ ਸੁਧਾਰ ਹੀ ਨਹੀਂ ਕੀਤਾ ਸੀ ਕੀ ਕਰਨ ਆਉਣਾ ਸੀ ਜੀ, ਤੇ ਜਦੋਂ ਅਸੀਂ ਸੰਸਕਾਰ ਕਰਨ ਲੱਗੇ ਤਾਂ ਮੇਰੇ ਉਹਨੂੰ ਸੰਸਕਾਰ ਨਹੀਂ ਕਰਨ ਦਿੱਤਾ, ਉਦੋਂ ਬਾਅਦ ਅਸੀਂ ਸਹਿਮਤ ਹੋ ਗਏ ਚਲੋ ਸੰਸਕਾਰ ਕਰ ਦਿਓ, ਮਿੱਟੀ ਪਾਓ ਗੱਲ ਤੇ ਜੋ ਹੋਣਾ ਹੋ ਗਿਆ। ਠੀਕ ਹੈ ਜੀ। ਉਦੋਂ ਬਾਅਦ ਜਿਹੜੇ ਮੇਰੇ ਨਣਾਨ ਸੀ ਉਹਨਾਂ ਦੇ ਵੱਡੇ ਸਿਸਟਰ ਆਏ ਬਿਲਾਸਪੁਰ ਤੋਂ, ਬਿਲਾਸਪੁਰ ਤੋਂ ਆਏ ਤੇ ਉਹਨਾਂ ਨੇ ਆ ਕੇ ਕਿਹਾ ਵੀ ਗੱਲ ਕੀ ਹੋਈ, ਮੈਂ ਮੋਹਰੇ ਉਹਨਾਂ ਦੇ ਹੱਥ ਬੰਨੇ, ਮੈਂ ਕਿਹਾ ਵੀ ਤੁਸੀਂ ਬੇਨਤੀ ਆ ਹੁਣ ਸੰਸਕਾਰ ਹੋ ਲੈਣ ਦਿਓ। ਉਹ ਕਹਿੰਦੇ ਅਸੀਂ ਨਹੀਂ ਹੋਣ ਦੇਣਾ ਸੰਸਕਾਰ, ਇੱਦਾਂ ਕਿੱਦਾਂ ਹੋਣ ਦੇ ਦਈਏ। ਉਹਨੀ ਪੁਲਿਸ ਦੇਖ ਕੇ ਉਹ ਵੀ ਘਬਰਾ ਗਏ ਵੀ ਕੋਈ ਚੱਕਰ ਲੰਮਾ ਚੌੜਾ ਪਿਆ ਆ ਸਾਡੀ ਭੈਣ ਦੇ ਨਾਲ ਵੀ ਜਿਹੜਾ ਇੰਨਾ ਕੁਛ ਹੋ ਗਿਆ ਆ। ਜਦੋਂ ਜੀ ਇਹਨਾਂ ਨੇ ਲੱਕੜਾਂ ਲੁੱਕੜਾਂ ਉਤਾਰ ਦਿੱਤੀਆਂ ਉੱਤੋਂ, ਸੰਸਕਾਰ ਨਹੀਂ ਕੀਤਾ, ਲੱਕੜਾਂ ਸਾਰੀਆਂ ਰੱਖਤੀਆਂ ਸੀ, ਅਗਨੀ ਭੇਟ ਲੱਗੇ ਸੀ ਕੰਨ। ਠੀਕ ਹੈ। ਜਦੋਂ ਇਹਨਾਂ ਨੇ ਲੱਕੜਾਂ ਲੁੱਕੜਾਂ ਸਾਰੀਆਂ ਉਤਾਰਤੀਆਂ ਜੀ, ਕੁੜੀ ਦੇ ਧੋਣ ਤੋਂ ਇੱਦਾਂ ਮੂੰਹ ਤੋਂ ਕੱਪੜਾ ਲਾਇਆ ਤੇ ਧੋਣ ਤੇ ਇੱਥੇ ਸਾਰੇ ਨਿਸ਼ਾਨ, ਗਲ ਘੁੱਟ ਕੇ ਮਾਰੀ ਸਾਰੇ ਨਿਸ਼ਾਨ, ਬਕਾਇਦਾ ਜੀ ਫੋਟੋਆਂ ਪਈਆਂ ਸਾਡੇ ਕੋਲ। ਠੀਕ ਹੈ।
ਰੱਸੀ ਦੀ ਰੱਸੀ ਨਾਲ ਘੁੱਟਿਆ, ਰੱਬ ਜਾਣੇ ਕਿੱਦਾਂ ਘੁੱਟਿਆ, ਇਹ ਹੁਣ ਆਪਾਂ ਨੂੰ ਨਹੀਂ ਪਤਾ। ਆਪਾਂ ਤਾਂ ਮੌਕੇ ਤੇ ਆਪਾਂ ਕਾਰਨ ਕੀ ਹੋਇਆ ਮਾਰਨ ਦਾ ਉਹਨਾਂ ਨੂੰ, ਕਾਰਨ ਜੀ ਹੁਣ ਉਹਨਾਂ ਨੂੰ ਪਤਾ ਹੋਊ ਪਰਿਵਾਰ ਵਾਲਿਆਂ ਨੂੰ ਕੀ ਹੋਇਆ। ਆਪਾਂ ਨੂੰ ਤਾਂ ਅਟੈਕ ਦਾ ਫੋਨ, ਜਿਹੜੀ ਮ੍ਰਿਤਕ ਸੀ ਉਹਦਾ ਨਾਂ ਕੀ ਸੀ, ਜਿਹੜਾ ਉਹਨਾਂ ਦੇ ਘਰ ਵਾਲਾ, ਉਹਨਾਂ ਦਾ ਨਾਮ? ਉਹਨਾਂ ਦਾ ਅਮਨਦੀਪ ਨਾਮ ਸੀ, ਜਿਹੜੇ ਦੀ ਡੈਥ ਹੋਈ ਆ ਉਹਨਾਂ ਦੇ ਘਰ ਵਾਲੇ ਦਾ ਨਾਮ ਗੋਲੂ ਸੀ, ਬਕਾਇਦਾ ਮੈਨੂੰ ਪੱਕਾ ਨਾਮ ਨਹੀਂ ਪਤਾ। ਠੀਕ ਹੈ ਜੀ। ਤੇ ਜਿੰਨਾ ਕੁ ਪਤਾ ਕੀ, ਹੁਣ ਤੁਸੀਂ ਬੋਡੀ ਫਲੋਰ ਸਿਵਲ ਹਸਪੀਟਲ ਲਿਆਂਦੀ? ਹਾਂਜੀ, ਹੁਣ ਆਪਾਂ ਸਿਵਲ ਹਸਪੀਟਲ ਬੋਡੀ ਲਿਆਂਦੀ ਆ, ਤੇ ਹੁਣ ਉਹਦਾ ਮਤਲਬ ਪੋਸਟਮਾਰਟਮ ਕਰਨਗੇ, ਤੇ ਉਹ ਆਪਾਂ ਨੂੰ ਦੱਸਣਗੇ ਵੀ ਕੁੜੀ ਦਾ ਆਪ ਗਲ ਘੁੱਟਿਆ ਗਿਆ ਜਾਂ ਕੁੜੀ ਕਿੱਦਾਂ ਹੋਈ ਆ, ਕੁੜੀ ਦਾ ਕੀ ਚੱਕਰ ਪਿਆ ਆ। ਠੀਕ ਹੈ ਜੀ। ਜਦੋਂ ਆਪਾਂ ਅੱਗੇ ਪਿੱਛੇ ਆਉਂਦੇ ਸੀ ਤਾਂ ਇਹ ਸੱਸ ਨੂੰ ਸਾਰੇ ਜਣੇ ਟੱਬਰ ਐਨ ਰਲ ਮਿਲ ਕੇ ਰਹਿੰਦੇ ਸੀ, ਸਾਨੂੰ ਆਏ ਗਏ ਨੂੰ ਖਾਣ ਪੀਣ ਨੂੰ ਸਾਰਾ ਕੁਝ ਦਿੰਦੇ ਸੀ। ਏਦਾਂ ਦਾ ਭਾਜੀ ਕੁਛ ਹੈ ਨਹੀਂ ਸੀ, ਸਾਨੂੰ ਵੀ ਕਹਿਣਾ ਇੱਥੇ ਆ ਕੇ ਰਹਿ ਜਾਓ, ਦੋ ਰਾਤਾਂ ਰਹਿ ਜਾਓ, ਤਿੰਨ ਰਾਤਾਂ ਰਹਿ ਜਾਓ, ਠੀਕ ਆ। ਪਰ ਸਾਨੂੰ ਆਹ ਚਾਂਸ ਨਹੀਂ ਸੀ ਪਤਾ। ਹੁਣ ਦੱਸੋ, ਇਹ ਜਨਾਨੀ ਦਾ ਤਾਂ ਕੰਮ ਹੈ ਨਹੀਂ ਭਾਜੀ ਗਾਲ ਘੁੱਟਣਾ, ਜਨਾਨੀ ਕੋ ਜਨਾਨੀ ਨਹੀਂ ਮਰਦੀ ਜੀ, ਠੀਕ ਆ। ਹੁਣ ਇਹ ਤੁਸੀਂ ਪੁੱਛੋ ਵੀ ਕੀ ਹੋਇਆ, ਕੀ ਮੰਗ ਕਰਦੇ ਤੁਸੀਂ? ਹੁਣ ਅਸੀਂ ਤਾਂ ਜੀ ਮੰਗ ਇਹੀ ਕਰਦੇ ਹਾਂ, ਸਾਨੂੰ ਇਨਸਾਫ ਦੇ ਦਿਓ, ਤੇ ਦੂਜੀ ਗੱਲ ਇਹ ਆ ਜੇ ਸੰਸਕਾਰ ਕਰਨਾ ਤਾਂ ਸੰਸਕਾਰ ਕਰ ਦਿਓ। ਹੁਣ ਹੁਣ ਤਾਂ ਪਤਾ ਲੱਗੇ ਗਿਆ ਵੀ ਕੀ ਕਾਰਨ ਹੈਗਾ, ਕੀ ਕਾਰਨ ਨਹੀਂ ਹੈਗਾ। ਕਿਤੇ ਸ਼ੱਕ ਲੱਗਦੀ ਤੁਹਾਨੂੰ ਮੇਨ? ਸ਼ੱਕ ਭਾਜੀ ਉਹਨਾਂ ਨੇ ਜੀ ਪੱਟ ਦੇ ਉੱਤੇ ਆਪਣੇ ਨਾਮ ਲਿਖਿਆ ਸੀ ਕਿ ਮੇਰੀ ਨਨਾਣ ਪ੍ਰਵੀਨ ਜ਼ਿੰਮੇਵਾਰ ਆ, ਬਕਾਇਦਾ ਮੈਂ ਤੇ ਮੇਰੀ ਜਠਾਣੀ ਬੈਠੇ ਨੇ ਇੱਥੇ, ਉਹ ਉਹਨਾਂ ਨੇ ਦੇਖਿਆ ਆ, ਉਹਨਾਂ ਨੇ ਦੇਖਿਆ। ਹਾਂਜੀ, ਹਾਂ ਤਾਂ ਦਿਨ ਚੜੇ ਪਤਾ ਲੱਗਾ, ਸਾਨੂੰ ਕੋਈ ਪਤਾ ਨਹੀਂ ਸੀ ਕੀ ਹੋਇਆ ਕੀ ਨਹੀਂ ਹੋਇਆ। ਹਾਂਜੀ, ਰੌਲਾ ਪਿਆ ਤਾਂ ਆ ਕੇ ਦੇਖਿਆ, ਮੇਰਾ ਘਰ ਪਿੱਛੇ ਆ ਸੀ, ਉਹ ਪਿੱਛੇ ਰਹਿੰਦੀ। ਠੀਕ ਹੈ ਜੀ। ਤੇ ਕੂਲਰ ਲੱਗੇ ਹੁੰਦੇ ਕੋਈ ਪਤਾ ਨਹੀਂ, ਨਹੀਂ ਪਤਾ ਲੱਗਦਾ। ਸਵੇਰੇ ਆਣ ਕੇ ਦੇਖਿਆ ਤੇ ਪਈ ਸੀ ਬੈੱਡ ਦੇ ਉੱਤੇ। ਹਾਂਜੀ, ਦੇਖੀ ਚੋਟ ਆ ਕੇ ਕਹਿੰਦੇ ਹੈ ਨਹੀਂ ਕੀ ਅਟੈਕ ਹੋ ਗਿਆ, ਅਟੈਕ ਹੋ ਗਿਆ। ਹਾਂਜੀ, ਆਹ ਸਾਨੂੰ ਤਾਂ ਪਤਾ ਨਹੀਂ। ਉਹਦੇ ਦੇਖੇ ਗਲੇ ਤੇ ਨਿਸ਼ਾਨ ਆ ਕਾਫੀ, ਹੋਰ ਅਸੀਂ ਉਹ ਵੀ ਨਹੀਂ ਦੇਖੇ ਨੀ। ਤੁਸੀਂ ਸੰਸਕਾਰ ਨੂੰ ਲੈ ਗਏ ਸੀ, ਸੰਸਕਾਰ ਕਰਨ ਲੱਗੇ ਸੀ? ਕਰਨ ਲੱਗੇ ਸੀਗੇ। ਹਾਂਜੀ, ਭੈਣਾਂ ਨੇ ਆਣ ਕੇ ਕੱਢ ਲਿਆ। ਅੱਛਾ, ਉਹਦੀਆਂ ਭੈਣਾਂ ਆਈਆਂ। ਫੇਰ ਵੀ ਗੁਆਂਢ ਨੂੰ ਮਾੜਾ ਮੋਟਾ ਪਤਾ ਹੁੰਦਾ, ਕੀ ਗੱਲਬਾਤ ਹੋਈ ਪ੍ਰੋਪਰ? ਇਹਨਾਂ ਦੇ ਘਰ 'ਚ ਕੋਈ ਕਲੇਸ਼ ਸੀ? ਇਹਨਾਂ ਦਾ ਘਰ 'ਚ ਕਲੇਸ਼ ਨਹੀਂ ਹੋਇਆ, ਅਸੀਂ ਕੋਲ ਆ। ਹਾਂਜੀ, ਅਸੀਂ ਪਿੱਛੇ ਵੀ ਰਹਿੰਦੇ, ਅਸੀਂ ਕੋਲ ਆ। ਹਾਂਜੀ, ਇਹਨਾਂ ਦੀ ਨੂੰਹ ਸੱਸ ਦੀ ਕਦੀ, ਇਹਨਾਂ ਦੀ ਕਦੇ ਲੜਾਈ ਕਦੇ ਸੁਣੀ ਨਹੀਂ, ਮੁੰਡੇ ਦੋਵੇਂ ਬਾਹਰ ਆ। ਹਾਂਜੀ, ਇਹ ਤਿੰਨੇ ਹੀ ਸੀਗੀਆਂ, ਨਾਂ ਦਾ ਮਹੀਨਾ ਹੋਇਆ ਬਾਹਰੋਂ ਆਈ ਨੂੰ, ਤਾਂ 2 ਸਾਲ ਹੋ ਗਏ ਅਸੀਂ ਬਾਹਰ ਗਈ ਸੀ, ਉਹ ਬਾਹਰੋਂ ਆਈ ਆ, ਮਹੀਨਾ ਕੇ ਹੋਇਆ ਆਈ ਨੂੰ, ਦੋਵੇਂ ਨੂੰਹ ਸੱਸ ਰਹਿੰਦੀਆਂ ਸੀਗੀਆਂ। ਕੁੜੀ ਨੂੰ ਵੀ ਤਾਂ ਸੱਦਿਆ ਵੀ ਕੋਈ ਨਿਆਣਾ ਢਿੱਲਾ ਮੱਠਾ ਹੋ ਜਾਂਦਾ, ਰਾਤ ਬਰਾਤ ਤੇ ਲੈ ਕੇ ਜਾਣਾ ਪੈਂਦਾ ਆ। ਹਾਂਜੀ, ਬੇਬੇ ਆਂਢ ਗੁਆਂਢ ਜਾਤੇ ਠਾਲਣਾ ਜਾਤੀ ਸਕੂਟਰੀ ਤੇ ਲੈ ਜਾਂਦੀ, ਚਲਾ ਲੈਂਦੀ ਸੀਗੀ ਕੁੜੀ। ਠੀਕ ਹੈ, ਇਸ ਕਰਕੇ ਸੱਦੀ ਸੀ ਨੀ, ਕੁੜੀ ਦਾ ਤਾਂ ਕੰਮ ਬਹੁਤ ਸਹੂਲਤ ਸੀ ਉੱਥੇ, ਤਾਂ ਸੱਦੀ ਸੀਗੀ। ਠੀਕ ਹੈ, ਉਹ ਹੋਰ ਸਾਨੂੰ ਕੋਈ ਨਹੀਂ ਪਤਾ ਹੈ। ਥੈਂਕ ਯੂ। ਸਾਨੂੰ 112 ਹੈਲਪਲਾਈਨ ਤੋਂ ਇੱਕ ਕਾਲ ਰਿਸੀਵ ਹੋਈ ਸੀ। ਠੀਕ ਹੈ ਜੀ। ਕਿ ਗੜਾ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਇੱਕ ਲੜਕੀ ਜਿਸਦਾ ਸੰਸਕਾਰ ਕੀਤਾ ਜਾ ਰਿਹਾ, ਹਾਂਜੀ, ਜੋ ਜਿਸਦੇ ਹਾਲਾਤ ਛੱਕੀ ਆ, ਜਿਸ 'ਤੇ ਅਸੀਂ ਮੌਕਾ 'ਤੇ ਪਹੁੰਚੇ, ਹਾਂਜੀ, ਪਹੁੰਚ ਕੇ ਜੋ ਲੜਕੀ ਦੇ ਪੇਕਾ ਪਰਿਵਾਰ ਸੀ, ਹਾਂਜੀ, ਉਹਨਾਂ ਨੇ ਸ਼ੱਕ ਜਤਾਇਆ ਕਿ ਸਾਡੀ ਲੜਕੀ ਦਾ ਜੋ ਨੈਚੁਰਲ ਡੈਥ ਨਹੀਂ ਹੈ, ਇਹਦੀ ਜਿਹੜੀ ਅਸੀਂ ਪੋਸਟਮਾਰਟਮ ਤੋਂ ਆ ਕੇ ਅਸੀਂ ਆਪਣਾ ਸ਼ੱਕ ਦੂਰ ਕਰਨਾ ਚਾਹੁੰਦੇ ਹਾਂ, ਜਿਸ 'ਤੇ ਅਸੀਂ ਡੈਡ ਬੋਡੀ ਨੂੰ ਚਿਤਾ ਦੇ ਵਿੱਚੋਂ ਕੱਢ ਕੇ ਲੈ ਕੇ ਆਈ ਹੋਸਪਿਟਲ ਮੋਰਚਰੀ 'ਚ ਅਸੀਂ ਰਖਾ ਲਈ ਆ, ਜੋ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਆ, ਜੋ ਵੀ ਹਾਲਾਤ ਹੋਣਗੇ ਉਹਦੇ ਅਨੁਸਾਰ ਉਹਨਾਂ ਦੀ ਸਟੇਟਮੈਂਟ ਰਿਕਾਰਡ ਕਰਕੇ ਕਾਰਵਾਈ। ਜਾਣਕਾਰੀ ਅਨੁਸਾਰ ਪਤਾ ਲੱਗਾ ਵੀ ਜਿਹੜੀ ਮ੍ਰਿਤਕ ਹੈ ਉਹਦੀ ਭਰਜਾਈ ਨੇ ਦੇਖਿਆ ਵੀ ਜਦੋਂ ਨਹਾਉਣ ਲੱਗੇ ਸੀ ਉਹਦੀ ਪੱਟ ਦੇ ਉੱਤੇ ਜਿਹਨੇ ਜਿਹਦੇ ਥਰੂ ਉਹ ਮਰੀ ਆ ਉਹਦਾ ਵਿੱਚ ਨਾਂ ਲਿਖਿਆ ਸੀ, ਪੈਨਸਲ ਨਾਲ ਕਾਪੀ ਜੋ ਵੀ ਹੈਗਾ ਉੱਤੇ। ਹੁਣ ਤੱਕ ਦੀ ਸਟੇਜ 'ਤੇ ਸਾਨੂੰ ਕਿਸੇ ਨੇ ਵੀ ਕੋਈ ਸਟੇਟਮੈਂਟ ਰਿਕਾਰਡ ਨਹੀਂ ਕਰਵਾਈ ਜੀ, ਅਸੀਂ ਸਟੇਟਮੈਂਟ ਰਿਕਾਰਡ ਕਰਕੇ ਅਗਲੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੰਪਲੀਟ ਕਰਾਂਗੇ। ਕੀ ਲੱਗਦਾ ਮ੍ਰਿਤਕ ਦਾ ਕਾਰਨ ਕੀ ਲੱਗਦਾ? ਮੈਂ ਇਸ ਸਟੇਜ 'ਤੇ ਅਜੇ ਕੁਛ ਨਹੀਂ ਦੱਸ ਸਕਦਾ।